ਤੁਸੀਂ ਆ ਜਾਓ। ਪਰੌਂਠੇ ਲੱਗੇ ਪੱਕਣ। ਅੱਜ ਪਰੌਂਠੇ ਪੱਕਣ ਲੱਗੇ ਆ। ਚੁੱਲਾ ਹੀ ਸੂਤਰ ਕਰਨਾ ਏ ਸਾਡਾ ਨਾ। ਮੀਂਹ ਚ ਪਿਆ ਰਿਹਾ ਤੇ ਮੀਂਹ ਨਾਲ ਹੋ ਗਿਆ ਥੋੜਾ। ਕਰਤਾ ਮੰਮੀ ਨੇ ਸੱਜ ਲਾਤਾ, ਮੰਮੀ ਨੇ ਗੋਹਾ ਲਾਤਾ ਹੈ। ਆ ਜਾਓ ਫਿਰ ਆਪ ਤਿਆਰੀ ਕਰਾਓ ਮੜੀ। ਅੱਜ ਲੱਥਣ ਲੱਗੇ ਮੂਣੀ ਵਾਲੇ ਪਰੌਂਠੇ। ਹੁਣ ਇੱਥੇ ਕੋਟੀ ਪਾਣ ਦੀ ਲੋੜ ਹੀ ਨਹੀਂ ਜੇ ਇਦਾਂ ਦੀ ਧੁੱਪ ਲੱਗ ਗਈ। ਹਾਂ ਇਦਾਂ ਹੀ ਇਦਾਂ ਹੀ ਆ ਵੇ ਵੇ ਉਹ ਮੂਣੀ ਵਾਲੇ ਪਰੌਂਠੇ ਕਦੋਂ ਬਣਾਏ ਸੀ ਭਲਾ? ਮੂਣੀ ਵਾਲੇ ਪਰੌਂਠੇ ਤੁਸੀਂ ਕਰੀ ਜਾਓ, ਮੈਂ ਕਰੀ ਜਾਨੀ। ਵਿਆਹ ਤੋਂ ਪਹਿਲਾਂ ਬਣਾਏ ਤੇ ਹੈਗੇ। ਵਿਆਹ ਤੋਂ ਪਹਿਲਾਂ ਉਹ ਵਿਆਹ ਤੋਂ ਪਹਿਲਾਂ ਕਹਿੰਦੇ ਆ। ਵਿਆਹ ਤੋਂ ਬਾਅਦ ਪਹਿਲੀ ਵਾਰੀ ਤਾਂ ਮੂਲੀ ਵਾਲੇ ਪਰੌਂਠੇ ਬਣਾ ਕੇ ਖਾਵਾ। ਇਹ ਯਾਦ ਕਰੋ ਦਿਨ। ਹਾਂ ਯਾਦ ਕਰੋ ਕਿਦਾਂ ਦੇ ਬਣੇ, ਸਵਾਦ ਬਣੇ ਨਾ? ਬੜੇ ਵਧੀਆ ਬਣੇ। ਤੋ ਛਿੱਲ ਕੇ ਬਣਾਇਓ, ਕੋੜੇ ਨਾ ਕੋੜੇ ਨਾ ਹੋਣ ਛਿੱਕੜ। ਛਿੱਲ ਕੇ ਹੀ ਆ ਕੂਲੀਆਂ, ਬੜੀਆਂ ਮੂਲੀਆਂ, ਬੜੀਆਂ ਕੂਲੀਆਂ ਲੱਤੀਆਂ, ਪੱਕੀ ਨਹੀਂ ਹੁੰਦੀ। ਚੁੱਲ੍ਹਾ ਸੈਟਿੰਗ ਕਰ ਲਈ ਮਾੜੀ ਮੋਟੀ ਕਰ ਲਈ, ਕਿਉਂਕਿ ਮੀਂਹ ਚ ਪਿਆ ਰਿਹਾ ਸੀ ਤਾਂ ਕਰਕੇ। ਉਹ ਯਾਰ ਉਹ ਏਸੀ ਦਾ ਵੀ ਕਵਰ ਮੈਂ ਪਾਉਣਾ ਸੀ ਵਿੱਚ ਉਹਦੇ। ਮੰਗਾਇਆ ਨਹੀਂ, ਇਹ ਥਲੜੇ ਦਾ ਮੰਗਾਇਆ ਵਾ, ਉਹ ਵਾਲੇ ਦਾ ਤੇ ਉਹ ਕਰਨਾ ਵਾ। ਸਾਫ ਪਾਣੀ ਮਾਰ ਕੇ ਨਾ, ਪ੍ਰੈਸ਼ਰ ਨਾ ਸਾਫ ਕਰੋ ਤੇ ਮੋਮ ਜਾਮਾ ਪਾ ਤੁਹਾਨੂੰ। ਐ ਵਾਤਾਵਰਨ ਕਿੰਨਾ ਸਾਫ ਹੈ, ਫਰੈਸ਼ ਏਰੀਆ ਨਾ, ਫਰੈਸ਼ ਏਰੀਆ ਤੇ ਕਰੋ ਕਰੋ ਸ਼ੁਰੂ। ਕਿਹਨੂੰ ਤੰਗ ਕਰਦਾ ਹੈ? ਮੈਨੂੰ ਨਾ ਫੜੋ, ਬਸ ਮੈਨੂੰ ਛੱਡੋ। ਇਹ ਨੀ ਹੱਥਾਂ ਚ ਵਧੀਆ ਨਹੀਂ। ਕਿੱਥੇ ਗਿਆ? ਹੋ ਗਿਆ ਆਪਣਾ, ਹੁਣ ਡਨ ਕੰਮ ਹੋ ਗਿਆ। ਐ ਕਰੋ ਵੀ ਇੱਕ ਵਾਰੀ ਮੈਂ ਨਿਚੋੜ ਕੇ ਵੇਖਦੀ ਆ, ਜੇ ਇਹਦੇ ਮੇਰੇ ਕੋਲ ਗੱਲਬਾਤ ਵਧੀਆ ਬਣੂਗੀ। ਪੂਰਾ ਪਾਣੀ ਕੱਢਣਾ, ਕਿਉਂਕਿ ਫਿਰ ਲੂਣ ਪਾਈਏ ਨਾ ਫਿਰ ਇਹਨਾਂ 'ਚ ਪਾਣੀ ਆ ਜਾਂਦਾ ਹੈ, ਨਹੀਂ ਤਾਂ ਤੁਹਾਨੂੰ ਦੱਸਾਂਗੇ। ਮੈਂ ਪੂਰੀ ਜਾਨ ਲੋੜ ਛੋੜ ਦਿੰਦਾ ਮੈਂ ਤਾਂ। ਵੈਸੇ ਤਾਂ ਠੀਕ ਹੀ ਆ। ਐਂ ਕਰੋ ਪ੍ਰਭ, ਤੁਸੀਂ ਨਾ ਚੰਗੀ ਤਰ੍ਹਾਂ ਕਰੋ, ਮੇਰੇ ਨਾ ਚੂੜੇ 'ਚ ਵੀ ਬੜੀ ਜਾਨ ਰਿਹਾ ਹੈ। ਵੇਖਿਆ ਨਾ, ਖਲਾ ਪਿਆ ਵੇਖ ਲਾ ਸੁੱਕਾ। ਮੈਂ ਵੀ ਇੱਦਾਂ ਹੀ ਕੀਤੇ, ਠੀਕ ਹੈ ਨਾ? ਕੋਣੀ ਪੂਰੀ ਨਹੀਂ ਹੈ। ਹਾਂ ਨਹੀਂ ਹੈਗੀ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਉਹਨਾਂ ਨੇ ਕਿਹਾ ਉਹਨਾਂ ਹੀ ਪਾਣੀ ਥੱਲੇ ਜਾਣ ਡੇ ਜਿੰਨਾ ਸੀ ਉਹ ਕਰਨ ਡੇ। ਅਸਲ 'ਚ ਅਸੀਂ ਕਹਿਣ ਡੇ ਵੀ ਕੋਠੇ 'ਤੇ ਖਿਲਾਰਾ ਨਾ ਪਵੇ, ਆ ਤਾਂ ਨਿਚੋੜ ਹੀ ਲਵਾਂਗੇ, ਬਾਅਦ ਵਿੱਚ ਇਹਨੂੰ ਇੱਕ ਬੰਨੇ ਸੁੱਟ ਦੇਣਾ ਹੈ। ਮੈਂ ਲਾ ਤਾਂ ਉਹਨਾਂ 'ਚ ਅੱਗ ਹੀ ਬਾਲ ਲੈਂਦੀ। ਕੀ? ਮੈਂ ਅੱਗ ਹੀ ਬਾਲ ਲੈਣੀ, ਅੱਗ ਮਸਾਲਾ ਬਣਾ ਕੇ ਫਿਰ ਤਾਂ ਲੜਨ ਡੇ ਹੀ ਹੋ। ਇਹ ਲੂਣ ਨਹੀਂ ਨਾ ਮੈਂ ਹਜੇ ਪਾਉਣਾ, ਲੂਣ ਮੈਂ ਐਟ ਟਾਈਮ ਤੇ ਪਾਉਣਾ ਹੈ। ਮੈਂ ਕਿਹਾ ਮਿਰਚਾਂ ਕੱਟ ਕੇ ਪਾ ਦੇਗੀ ਵਿੱਚ, ਹੈ ਨਾ? ਕੱਟ ਕੇ ਕੱਟ ਕੇ ਆ ਤੂੰ ਕੀ ਇੱਥੇ ਹੀ ਰੱਖੀਆਂ ਵਿੱਚ। ਉੱਧਰ ਉੱਧਰ ਜਾਓ, ਚੱਲ ਲੱਗਾ ਕੰਮ ਸ਼ੁਰੂ ਹੋਣ ਲੱਗਾ ਪੱਕਾ ਦਾ। ਚੁੱਕੇ ਲਫਾਫੇ ਉਸ ਕਰੂ ਫਰਾਜ ਨੇ ਲੈ ਜਾਣੇ ਚੁੱਕੇ ਸਾਰੇ ਬੜੇ। ਇਹੀ ਕੰਮ ਹੀ ਕਰਦਾ ਲਫਾਫੇ ਲਫੂਫੇ। ਕਿੱਥੇ ਪਾਣੀ ਕਾਹਦੇ ਹੱਥ ਲਿਆਂਦਾ? ਪਾਣੀ ਲਾ ਹੱਥ ਤੇ ਧੋਣ ਦੀ ਲੋੜ ਪੈ ਜਾਂਦੀ ਇੱਥੇ। ਹੁਣ ਰੀਣੀ ਲਾ ਲਾ ਮੈਂ ਲਾ। ਹਾਏ ਮੈਂ ਥੱਕ ਗਈ। ਹੁਣ ਆਪਾਂ ਰੀਣੀ ਲਾ ਲਈਏ ਫਿਰ ਲਾ। ਅੱਜ ਮੈਂ ਵੇਖਾਂ ਰੀਣੀ ਕੀ ਕਰਦੀ। ਪ੍ਰਭ ਤਰੇਲ ਨਾਲ ਗਿੱਲੇ ਨਹੀਂ ਹੋਏ, ਪੁੱਠੇ ਹੋਏ ਆ, ਉੱਤੋਂ ਉੱਤੋਂ ਹੀ ਹੋਏ ਵੈਸੇ। ਵੇਖਿਆ ਹੁਣ ਪਟਾਕਾ ਪੈਂਦਾ ਇਹ। ਹੌਲੇ ਹੌਲੇ ਹੁੰਦੇ ਨਾ, ਹੁਣ ਭਾਵੇਂ ਇਹ ਟੁੱਟ ਜੇ ਤੇ ਇਹਨੂੰ ਕੋਈ ਫਰਕ ਨਾ ਪਵੇ। ਕਰੀ ਟੁੱਟਾ ਆ ਕੂਲੇ ਮੈਂ ਤੇਰੀ ਨਹੀਂ ਲਾਉਣੀ ਆ। ਆ ਸਾਈਜ਼ ਥੋੜਾ ਛੋਟਾ ਆ ਨਾ ਚੁੱਲ੍ਹੇ ਦਾ, ਨਹੀਂ ਤੇ ਕੋਰ ਆਗ ਅੱਗ ਬਾਲਣ ਨੂੰ ਨਾ ਸਿਸਟਮ ਜਿਹਾ ਸਹੀ ਹੈ ਲਪਾਣ ਦਾ। ਪਰ ਕਈ ਪ੍ਰਭ ਹੁੰਦਾ ਹੈ ਨਾ ਵੀ ਜਿਸ ਤਰ੍ਹਾਂ ਆ ਹੁਣ ਛੋਟਾ ਹੈ ਆਵੇ ਇੱਕ ਇੱਕ ਆਪਾਂ ਇੱਧਰ ਰੱਖ ਦੇ ਨਾ ਗੋਇਆ
ਆ ਚੱਲੇ ਦੀ ਸਾਈਜ਼ ਛੋਟਾ ਹੈ ਨਹੀਂ ਕੁਝ ਨਹੀਂ ਆਵੇ ਇਹਦੇ ਉੱਤੇ ਰਾਹ ਦੇਖ ਹੱਥ ਛੱਤ ਪਾਣੀ ਆ ਆਹੋ ਛਾਤੀ ਪਾਈ ਦੀ ਆ ਆਵੇ ਇਹ ਨਹੀਂ ਆਉਣਾ ਕੋਈ ਨਹੀਂ ਆ ਚੱਲ ਹੋਰ ਰੱਖ ਦਿੰਦੇ ਆ ਆ ਗਿਆ ਠੀਕ ਆ ਇੱਕ ਇਹਦੀ ਸਪੋਰਟ ਵਾਸਤੇ ਆਪਾਂ ਪਿੱਛੇ ਰੱਖ ਲਈਏ ਇਦਾਂ ਇੱਕ ਗੋਇਆ ਲਾਈਦਾ ਸਪੋਰਟ ਵਾਸਤੇ ਬਣ ਗਈ ਗ੍ਰੀਨੀ ਘਰ ਬਣ ਗਿਆ ਅੰਦਰ ग्रीनी नहीं हुंदा रीनी हुंदा ठीक है फिर एक इधर नूं ला दूं मैं तो इदा ही लाउनी आ जिद्दां मैनूं शुरू तो दस्या गया आ इन्ना क थोड़ा जिहा रखना हुंदा वा अग उत्ते आउण वास्ते ठीक है तो इदा छोटे छोटे करके जिहड़े गोए लाई जाईदे है ना तुहानूं पता कई प्रभ कई मैं लगता कई इदा भी करते कि पूरी पूरी पाथी रख लेंगे पर मैं लगता लोह च करते चलो जी रीणी अपनी हो गई तैयार पहला तो मिट्टी के तेल न कर देंगे भी मिट्टी का तेल हूँ कदे का आना हो गया बंद पेट्रोल सुट लेंदे गई एडी भी नहीं गल ओदा ला आ काम सही है मोमयामे ना इन्ना दा भी वादू यूज करते रहे लोग मोमयामे दा लफाफे दा ਜਦੋਂ ਮਿੱਟੀ ਦਾ ਤੇਲ ਨਹੀਂ ਹੁੰਦਾ ਇਦਾਂ ਹੀ ਕਰਦੇ ਨੇ ਪਰ ਉਹ ਤਾਂ ਲਫਾਫੇ ਵੀ ਨਹੀਂ ਹੋਣੇ ਪ੍ਰਭ ਹੁੰਦੇ ਹੋਣੇ ਹੁੰਦੇ ਕਿਉਂ ਨਹੀਂ ਉਹ ਤਾਂ ਸਟੋਪ ਹੁੰਦੇ ਹਵਾ ਪੈਣ ਲਈ ਮੈਂ ਇੱਕ ਪਤੀਲਾ ਹੋਰ ਨਹੀਂ ਨਹੀਂ ਬਲਾਂਡੀ 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 ਹੌਲੀ ਹੌਲੀ ਚੜਦੀ ਹੁੰਦੀ ਹੈ ਚਲੋ ਬਲ ਜਣੀ ਹੁਣ ਮੈਂ ਕਹਿ ਜੀ ਸੁਣਦੇ ਜੀ ਹਾਂਜੀ ਮੰਮੀ ਕਿਨੇ ਆ ਗਈ ਰੋਟੀਆਂ ਲਵਾ ਦਿਓ शुकर ठीक होने लगा वा त्यार किन्ने टाइम बाद भुख लगी मैं बह गई मैं काम कार कर आया थले मैं चल उन्हें चेरे पका ले सुके लाई जाएंगे बाद देसी घ्यो थले ला लेंगे भाप होए हुण मूरे हुण मिंटो मिंट वेखी ला तू दे लावांगे ना इको ए भी आलूआं के परौंठियां का ला इको फीलिंग च नहीं इको फीलिंग च नहीं लेंदे हां ये नहीं लासदियां इको फीलिंग इक फीलिंग च नहीं लासदियां इन्ना वाते तो करना पैंदा है दो पेले करना करने पेंदे हुण नहीं है कोई भी कह सकदा कि हुण इक च पकाउनी है इक च नहीं मिक्सी दो ना बहुत बेइज्जती होई मेरी क्यों मेनू खाने का टेस्ट करके नहीं नहीं पिछली बार तू टेस्ट करन दे चक्कर विच सारी रोटी खा ली साल हो गया बस पता लगे रोटी खान हाँ। तू ही खायो बाद च पका के चेक कर लगा मतलब चेक कर लगा क्यों होना चोपड़ दे चेक कर लगा देसी क्यों ही थे रे हाय चेकिंग करनी बस खानी नहीं है रोटी चेक कर हां पक गया रोटियां पाड़ गई ਵਧੀਆ ਲੱਥੇ ਪਰੌਂਠੇ ਵੈਸੇ ਉਹ ਕਾ ਮੋੜੀਆਂ ਆਪਣੀਆਂ ਪੁੱਟੀਆਂ ਨੇ ਆਪਣੀਆਂ ਕਿੱਥੋਂ ਆਈਆਂ ਉਧਰ ਹੋ ਗਈਆਂ ਨਾ ਬੜੀਆਂ ਤਗੜੀਆਂ ਤਗੜੀਆਂ ਉਹਨਾਂ ਨੇ ਬੜੀ ਚਿਰਦੀਆਂ ਲਾਈਆਂ ਹਾਡੀਆਂ ਜੇ ਛੋਟੀਆਂ ਹਾਡੀਆਂ ਕਿਦੋਂ ਹੋਣਗੀਆਂ
ਹੋ ਜਾਣੀਆਂ ਬਸ 4 5 ਦਿਨ ਤੱਕ ਲੈ ਕੇ ਆਈ ਨਾ ਜਦੋਂ ਜਾਗ ਲੈਣਗੇ ਆਹ ਆਹ ਨਹੀਂ ਐਡੀ ਐਡੀ ਬੋਲੀ ਹੋਈ 4 5 ਦਿਨਾਂ ਤੱਕ 5 ਕਿ ਦਿਨਾਂ ਤੱਕ ਹੋ ਜਾਣੀਆਂ ਹਾਂ ਧੁੱਪ ਲੱਗੀ ਹੁੰਦੀ ਕਿ ਗੱਲ ਹੈ ਗਰਮੀਆਂ ਨਾਲੋਂ ਸਿਆਲ ਸਹੀ ਹੈ ਧੁੱਪੇ ਤੇ ਬੰਦਾ ਬੈਠਾ ਰਹਿੰਦਾ ਨਾ ਆਰਾਮ ਨਾਲ ਠੰਡ ਠੰਡ ਕਰਦਾ ਸਵੇਰੇ ਸਵੇਰੇ ਕਰ ਲੇਗਾ ਘੜੀ ਸ਼ਾਮਾਂ ਨੂੰ ਕਰ ਲੇਗਾ ਤੇ ਬਾਅਦ ਚ ਤੇ ਪਨੀਰ ਗਾਜਰਾ ਮਟਰ ਆਲੂ ਮਟਰ ਆਲੂ ਮਟਰ ਗਾਜ ਮਟਰ ਆਲੂ ਮਟਰ ਇਹ ਹੀ ਪਹਿਲਾਂ ਨਹੀਂ ਪਹਿਲਾਂ ਆਲੂ ਫੇਮਸ ਹੁੰਦੇ ਹੁਣ ਨਾਲ ਮਟਰ ਵੀ ਹੋਣਗੇ ਕਿ ਚੌਲਾ ਚ ਵੀ ਮਟਰ ਗੋਭੀ ਚ ਵੀ ਗਾਜਰ ਚ ਵੀ ਮਟਰ ਹੀ ਮਟਰ ਹੋ ਜਾਣੇ ਮਟਰ ਹੀ ਮਟਰ ਕਰਦੇ ਨੇ ਮਟਰੋਂ ਮਟਰ ਹੀ ਕਰ ਦੇਣਾ ਕੰਮ ਇਹ ਹੁਣ ਚੁੱਲਾ ਵੀ ਕਹਿੰਦਾ ਹੋਣਾ ਮੈਨੂੰ ਯਾਦ ਤੁਸੀਂ ਸਿਆਲ ਚ ਕਰਨਾ ਗਰਮੀਆਂ ਚ ਤੇ ਕਦੇ ਬਾਲਿਆ ਨਹੀਂ ਤੇ ਕੀ ਕਰੀਏ ਹੁਣ ਗਰਮੀ ਚ ਕਰ ਬਾਲਦਾ ਨਾ ਤੇ ਗਰਮੀਆਂ ਚ ਸਾਨੂੰ ਦੁੱਖ ਵੀ ਬੜਾ ਦਿੰਦਾ ਨਾ ਇਹ ਹਾਂ ਸੇਕ ਵੱਜਦਾ ਸੇਕ ਵੱਜਦਾ ਹੁਣ ਤੇ ਕੋਈ ਪ੍ਰੋਬਲਮ ਨਹੀਂ ਹੁਣ ਤੇ ਲੱਗੇ ਹੋ ਜੀਦਾ ਸੇਕ ਹੁੰਦਾ ਤੇ ਹੁਣ ਕਿ ਦੂਰ ਹੋ ਜੀਦਾ ਉੱਟੀ ਲਵਾਣੇ ਇੱਕ ਟੈਂਕੀ ਨੇ ਲੱਗ ਜਾਣੀ ਟੋੜੀ ਜਦੋਂ ਸਾਫ਼ ਕੀਤੀ ਸੀ ਨਿਕਲ ਨਿਰੀ ਗਾਰ ਨਿਕਲੀ ਵਿੱਚੋਂ ਵੇ ਇੰਨਾ ਮਤਲਬ ਟੈਂਕੀ ਸਾਫ਼ ਕਰਕੇ ਰੱਖਣੀ ਚਾਹੀਦੀ ਜੇ ਸਾਫ਼ ਪਾਣੀ ਪੀਣਾ ਤੇ ਹਲੋ ਪਾਣੀ ਪਤਾ ਇਦਾਂ ਦਾ ਨਿਕਲਿਆ ਇਲਾ ਸੋਸਟ ਹੋਰ ਇਦਾਂ ਜਗਾਲ ਜਿਹਾ ਜਗਾਲ ਜਿਹਾ ਬੜਾ ਗੰਦਾ ਪਾਣੀ ਨਿਕਲਿਆ ਸੀ ਥੱਲੇ ਸਫਾਈ ਕੀਤੀ ਪ੍ਰਦੀਪ ਨੇ ਪ੍ਰੈਸ਼ਰ ਮਾਰ ਮਾਰ ਕੇ ਤੋਂ ਧੋਤੀ ਸਾਰੀ ਟੈਂਕੀ ਫੇਰ ਹੀ ਪਾਣੀ ਪੀਣ ਨੂੰ ਜੀ ਕਰਦਾ ਹਾਂ ਚੱਲ ਆਗੇ ਵਾਰੀ ਖਾਈਏ ਹੁਣ ਭੁੱਖ ਲੱਗੀ ਟਾਈਮ ਬੜਾ ਹੋ ਗਿਆ ਚਲ ਮੈਂ ਵੀ ਖਾਣਾ ਇੱਕ ਛੁੱਟੀ ਲਾ ਲੈਣਾ ਮੈਂ ਵੀ ਹੋਰ ਫਰਾਹ ਮੈਨੂੰ ਵੀ ਦੋ ਕ ਪਰੌਂਠੇ ਅੱਛਾ ਛੁੱਟੀ ਲਾਈਏ ਇੱਕ ਹੋਰ ਚਲੋ ਹੁਣ ਠੀਕ ਆ ਤੇਰੇ ਨਾਲ ਹੀ ਖਾਣ ਲੱਗਾ ਉਦੋਂ ਦੀ ਕਹਿਣ ਦੀ ਕਿ ਮੇਰੇ ਨਾਲ ਖਾ ਮੇਰੇ ਨਾਲ ਖਾ ਮੈਂ ਇੱਕ ਹੀ ਪਰੌਂਠਾ ਖਾਦਾ ਉਦੋਂ ਠੀਕ ਆ ਮਾਰ ਲੈ ਠੀਕ ਆ ਠੀਕ ਆ ਮੂਲੀਆਂ ਘੱਟ ਮਸਾਲਾ ਘੱਟ ਭਰਿਆ ਕਰੋ ਵਿੱਚ ਫੇਰ ਹੀ ਤਾਂ ਸਵਾਦ ਆਉਂਦਾ ਜੇ ਜ਼ਿਆਦਾ ਮਸਾਲਾ ਭਰਿਆ ਹੋਵੇ ਮੈਂ ਘੱਟ ਖਾਣਾ ਤਾਂ ਤੁਸੀਂ ਦੱਸ ਦਿੰਦੇ ਤੁਹਾਡੇ ਲਈ ਵੱਖਰੇ ਪਰੌਂਠਿਆਂ ਦਾ ਇੰਤਜ਼ਾਮ ਕਰ ਦਿੰਦੇ ਮੰਮੀ ਪਕਾਉਂਦੇ ਹੁੰਦੇ ਪਰੌਂਠੇ ਉੱਧਰ ਉਹ ਪਰੌਂਠਿਆਂ ਦੇ ਮੈਨੂੰ ਸਮਝ ਨਹੀਂ ਲੱਗੀ ਵੀ ਕਿਹੜੇ ਕਿਹੜੇ ਸੀ ਚੱਲੀਏ ਥੱਲੇ ਫਿਰ ਚੁੱਕਾ ਸਮਾਨ ਲਿਆ ਮੈਂ ਇੱਕ ਗੇੜਾ ਲਾ ਦਾਂ ਮੈਂ ਚੱਲਾਂ ਥੱਲੇ ਚਲੋ ਆ ਲਿਆ ਸਮਾਨ ਫੜਾਓ ਹੈਂ ਲਾ ਦੋ ਲਾ ਦੋ ਮੈਂ ਖਾ ਲਿਆ ਬਸ ਬਸ ਕੀ ਲਿਆਓ ਫਿਰ ਟਾਈ ਤੇ ਖਾ ਲੈ ਹੁਣ ਇਹ ਤੋਂ ਵੱਧ ਕੀ ਖਾਵਾਂ ਲਿਆ ਲਿਆ ਮੂਲੀ ਵਾਲਾ ਪਰੌਂਠਾ ਤੇ ਇੱਕ ਦੋ ਨਹੀਂ ਮਾਣ ਹੁੰਦਾ ਅੱਧਾ ਹੋਰ ਖਾਣਾ ਤਿੰਨ ਹੋ ਜਾਣੇ ਤਿੰਨ ਪੂਰੇ ਕਰ ਲਈਏ ਤਿੰਨ ਪੂਰੇ ਕਰ ਲਈਏ ਤਿੰਨ ਪੂਰੇ ਹੋਏ ਤਿੰਨ ਕਲਿਆਣੀ ਹੋ ਜਾਣੇ ਫਿਰ ਚਾਰ ਕਰਨੇ ਪੈਣੇ ਜਾਂ ਤਾਂ ਰਹਿਣ ਦੇ ਤੇ ਜੇ ਖਾਣਾ ਤੇ ਫਿਰ ਦੋ ਖਾਣੇ ਪੈਣੇ ਅੱਛਾ ਹਾਂ ਢਿੱਡ ਪੈ ਕਰ ਦਿਓ ਨਾ ਮੈਂ ਤਿੰਨ ਕਲਿਆਣੇ ਅਸੀਂ ਕਰਦੇ ਹਾਂ
चलो लिया फड़ा मैं एक गेड़ा ला ला रोक सकदा बस गल तो इत्थे खत्म हुंदी है ना। चलो ठीक है फिर जी, हां हाडी डिस्कशन लंबी चलनी है।